ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਮਝਣ 'ਚ ਸਿੱਖਾਂ ਨੂੰ ਬਹੁਤ ਦਿੱਕਤ ਆ ਰਹੀ ਹੈ। ਇਸ ਦਾ ਕਾਰਨ ਕੀ ਹੈ ਕਿ ਗੁਰਬਾਣੀ ਦੀ ਜੋ ਭਾਸ਼ਾ ਹੈ ਇਹਦੇ ਬਾਰੇ ਅੱਜ ਬਹੁਤੇ ਸਿੱਖਾਂ ਨੂੰ ਨਹੀਂ ਪਤਾ। ਖਾਲਸਾ ਪੰਥ 'ਚ ਨਿਹੰਗਾਂ ਸਿੰਘਾਂ ਦੇ ਵਿੱਚ ਇਸ ਚੀਜ਼ ਨੂੰ ਜਾਣਦੇ ਨੇ ਕਿ ਗੁਰਬਾਣੀ ਦੀ ਜੋ ਭਾਸ਼ਾ ਹੈ ਉਹ ਅੱਡ ਹੈ, ਗੁਰਮੁਖੀ ਭਾਸ਼ਾ ਹੈ। ਨਿਹੰਗ ਧਰਮ ਸਿੰਘ ਜੀ ਜੋ ਸੱਚ ਖੋਜ ਅਕੈਡਮੀ ਦੇ ਬਾਨੀ ਨੇ, ਉਹਨਾਂ ਨੇ ਗੱਲ ਬੜੀ ਚੰਗੀ ਤਰ੍ਹਾਂ ਕਲੀਅਰ ਕੀਤੀ ਹੋਈ ਹੈ। ਹੁਣ ਯੂਨੀਵਰਸਿਟੀਆਂ ਦੇ ਵਿੱਚ ਇਸ ਚੀਜ਼ 'ਤੇ ਖੋਜ ਵੀ ਉਹਨਾਂ ਨੇ ਮੰਨੀ ਹੈ ਕਿ ਵਾਕਈ ਇਹ ਗੱਲ ਸਹੀ ਹੈ, ਗੁਰਬਾਣੀ 'ਤੇ ਖੋਜ ਹੋਣੀ ਚਾਹੀਦੀ ਹੈ ਕਿ ਇਸ ਦੀ ਭਾਸ਼ਾ 'ਤੇ ਖੋਜ ਹੋਣੀ ਚਾਹੀਦੀ ਹੈ ਕਿ ਇਸ ਦੀ ਭਾਸ਼ਾ ਅੱਡ ਹੈ। ਸੰਸਾਰ ਦੀ ਭਾਸ਼ਾ ਨਾਲੋਂ ਗੁਰਬਾਣੀ ਦੀ ਭਾਸ਼ਾ ਅੱਡ ਕਿਵੇਂ ਹੈ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਦੋ ਸਰੀਰ ਨੇ, ਇੱਕ ਸੂਖਮ ਹੈ ਅਤੇ ਇੱਕ ਅਸਥੂਲ ਹੈ। ਜੋ ਸ਼ਬਦ ਸੂਖਮ ਸਰੀਰ ਲਈ ਵਰਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਅਸਥੂਲ ਸਰੀਰ 'ਤੇ ਲਾਈ ਜਾਂਦੇ ਹਾਂ, ਇਸ ਕਰਕੇ ਦਿੱਕਤ ਆਉਂਦੀ ਹੈ ਜਦੋਂ ਉਸ ਦੇ ਅਰਥ ਚੇਂਜ ਹੋ ਜਾਂਦੇ ਨੇ, ਅਰਥ ਡਿਕਸ਼ਨਰੀਆਂ ਦੇ ਵਿੱਚ ਚੇਂਜ ਕੀਤੇ ਜਾਂਦੇ ਨੇ। ਇਹ ਕੰਮ ਵਿਦਵਾਨ ਲੋਕ ਕਰਦੇ ਹੁੰਦੇ ਨੇ। ਗੁਰਮੁਖ ਇਸ ਚੀਜ਼ ਨੂੰ ਸੁਲਝਾਉਂਦੇ ਹੁੰਦੇ ਨੇ, ਬਾਣੀ ਵਿਰਲੋ ਵਿਚਾਰ ਸੀ, ਇਹ ਵਿਚਾਰ ਦਾ ਵਿਸ਼ਾ ਹੈ। ਜੇ ਕੋ ਗੁਰਮੁਖ ਹੋਏ ਇਨ ਅੱਖਰਨ ਮੈਂ ਕੋਈ ਗੁਰਮੁਖ ਖੋਜੈ, ਇਹ ਖੋਜ ਹੈ ਜਿਹੜੀ ਗੁਰਮੁਖ ਕਰਦੇ ਹੁੰਦੇ ਨੇ। ਵਿਦਵਾਨਾਂ ਦੇ ਵੱਸ ਦੀ ਗੱਲ ਹੀ ਹੈ ਨਹੀਂ। ਸੂਖਮ ਸਰੀਰ ਦੇ ਨੇਤਰ ਹੁੰਦੇ ਨੇ, ਅਸਥੂਲ ਸਰੀਰ ਦੀਆਂ ਅੱਖਾਂ ਹੁੰਦੀਆਂ ਨੇ। ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਅੱਖਾਂ ਵਾਜੋਂ ਵੇਖਣਾ, ਅੱਖਾਂ ਤੋਂ ਬਿਨਾਂ ਵੇਖਣਾ ਜੋ ਸਾਨੂੰ ਇਹਨਾਂ ਅੱਖਾਂ ਨਾਲ ਨਜ਼ਰ ਆਉਂਦਾ ਨਾ, ਉਹ ਸੱਚ ਨਹੀਂ ਹੈ, ਉਹ ਤਾਂ ਮਾਇਆ ਨਜ਼ਰ ਆਉਂਦੀ ਹੈ। ਜੋ ਦਿਸੈ ਸੋ ਸਗਲੀ ਮਾਇਆ, ਜੋ ਨਜ਼ਰ ਆਉਂਦੀ ਹੈ ਉਹ ਮਾਇਆ ਹੈ, ਅਤੇ ਸੱਚ ਇਹਨਾਂ ਅੱਖਾਂ ਨਾਲ ਦੀਂਦਾ ਹੈ ਨਹੀਂ। ਅੱਖਾਂ ਵਾਜੋਂ ਵੇਖਣਾ, ਅੱਖਾਂ ਤੋਂ ਬਿਨਾਂ ਦੇਖਣਾ, ਅਤੇ ਦੂਜੇ ਪਾਸੇ ਕਿਹਾ ਨੇਤਰੀ ਸਤਿਗੁਰ ਵੇਖਣਾ, ਨੇਤਰਾਂ ਸਤਿਗੁਰ ਵੇਖਣਾ ਹੈ। ਹੁਣ ਨੇਤਰਾਂ ਅਤੇ ਅੱਖਾਂ ਦੇ ਵਿੱਚ ਫਰਕ ਕਰਨਾ ਪਊਗਾ, ਸਮਝਣਾ ਪਊਗਾ ਕਿ ਹੈ ਕੀ ਹੈ। ਜਿਹੜਾ ਸਾਡਾ ਸੂਖਮ ਸਰੀਰ ਹੈ ਉਹਦੇ ਨੇਤਰ ਹੁੰਦੇ ਨੇ, ਜਿਹੜਾ ਅਸਥੂਲ ਸਰੀਰ ਹੈ ਇਹਦੀਆਂ ਅੱਖਾਂ ਹੁੰਦੀਆਂ ਨੇ। ਪਰਮੇਸ਼ਰ ਨੂੰ ਜੇ ਦੇਖਣਾ ਹੈ ਨਾ, ਅੱਖਾਂ ਨਾਲ ਨਜ਼ਰ ਨਹੀਂ ਆ ਸਕਦਾ ਉਹ। ਜਦੋਂ ਨੇਤਰ ਅੱਖਾਂ ਨੂੰ ਸਮਝ ਲਿਆ ਉਦੋਂ ਗੜਬੜ ਹੋ ਗਈ, ਉਦੋਂ ਗੁਰਬਾਣੀ ਸਮਝ ਆਉਣੀ ਮੁਸ਼ਕਲ ਹੋ ਗਈ। ਇੱਦਾਂ ਹੀ ਅੱਗੇ ਕਿਹਾ ਅੱਖਾਂ ਵਾਜੋਂ ਵੇਖਣਾ ਬਿਨ ਪੈਰੀਂ ਤੁਰਨਾ, ਪੈਰਾਂ ਤੋਂ ਬਿਨਾਂ ਤੁਰਨਾ, ਚੱਲ ਕੇ ਕਿਤੇ ਨਹੀਂ ਜਾਣਾ, ਕਿਉਂਕਿ ਊਹਾਂ ਤਾਂ ਜਾਈਏ ਜੋ ਇਹਾਂ ਨਾ ਹੋਏ। ਜਦੋਂ ਪਰਮੇਸ਼ਰ ਸਰਵ ਵਿਆਪੀ ਹੈ ਫਿਰ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਉਹਦੇ ਬਾਰੇ ਸਾਨੂੰ ਜਾਣਨਾ ਪੈਣਾ, ਗੁਰਬਾਣੀ ਨੇ ਉਹਦੇ 'ਤੇ ਚਾਨਣਾ ਪਾਉਣਾ। ਅਸੀਂ ਗੁਰਬਾਣੀ ਦੇ ਵਿੱਚ ਕਿਹਾ ਸੀ ਨਾਮ ਨਾ ਜਾਣਿਆ ਰਾਮ ਕਾ ਮੂੜੇ, ਇਹ ਜਾਣਨਾ ਸੀ ਫਿਰ ਪਾਛੇ ਪਛਤਾਏਗਾ, ਪਛਤਾਉਣਾ ਪੈ ਜੂਗਾ। ਪਹਿਲਾਂ ਜਾਣਨਾ ਆ ਰਾਮ ਹੈ ਕੌਣ ਹੈ। ਰਾਮ ਤਾਂ ਸਰਵ ਵਿਆਪੀ ਹੈ, ਉਹ ਤਾਂ ਕਿਤੇ ਦੂਰ ਗਿਆ ਹੀ ਨਹੀਂ। ਦੂਜੇ ਪਾਸੇ ਗੁਰਬਾਣੀ ਉਪਦੇਸ਼ ਕਰਦੀ ਹੈ ਚਰਨ ਸ਼ਰਨ ਏਕ ਪੈਂਡਾ ਜਾਏ ਚੱਲ, ਇੱਥੇ ਚਰਨਾਂ ਦੇ ਨਾਲ ਚੱਲਣਾ, ਪੈਰਾਂ ਤੋਂ ਬਿਨਾਂ ਤੁਰਨਾ, ਚਰਨਾਂ ਦੇ ਨਾਲ ਚੱਲਣਾ। ਚਰਨ ਹੁੰਦੇ ਨੇ ਸੂਖਮ ਸਰੀਰ ਦੇ, ਅਸਥੂਲ ਸਰੀਰ ਦੇ ਪੈਰ ਹੁੰਦੇ ਨੇ। ਇਹ ਜਦੋਂ ਵਿਗਾੜਨਾ ਸੀ ਨਾ, ਅਰਥ ਵਿਗਾੜਨੇ ਸੀ, ਪੈਰਾਂ ਨੂੰ ਚਰਨ ਬਣਾਤਾ, ਇੱਥੇ ਗੜਬੜ ਹੈ, ਇਹ ਚੀਜ਼ ਸਮਝਣੀ ਪਊਗੀ। ਇੱਦਾਂ ਹੀ ਜਿਹਬਾ ਵਾਜੋਂ ਬੋਲਣਾ, ਜਿਹਬਾ ਤੋਂ ਬਿਨਾਂ ਬੋਲਣਾ। ਪਰ ਦੂਜੇ ਪਾਸੇ ਕਿਹਾ ਰਸਨਾ ਜਪਤੀ ਤੂੰ ਹੀ ਤੂੰ ਹੀ,
ਰਸਨਾ ਜਪਦੀ ਹੈ, ਜਪ ਕਰਦੀ ਹੈ, ਸਮਝਦੀ ਹੈ, ਉਹ ਜਿਹੜੀ ਰਸਨ ਹੈ ਉਹ ਰਸ ਜਿਹੜੀ ਲੈਂਦੀ ਹੈ ਨਾ ਉਹਨੂੰ ਕਿਹਾ। ਜੀਵ ਨੂੰ ਰਸ ਨਹੀਂ ਆਉਂਦਾ, ਰਸ ਬੁੱਧੀ ਨੂੰ ਆਉਂਦਾ, ਜਿਹੜੀ ਸਮਝਦੀ ਹੈ। ਜਦੋਂ ਕੋਈ ਗੱਲ ਸਮਝ ਆਉਂਦੀ ਹੈ ਨਾ, ਇਹਨੇ ਸਮਝ ਆ ਗਿਆ, ਉਹਨੂੰ ਰਸ ਆਇਆ, ਉਹ ਕੁਛ ਸਮਝਣ ਦਾ ਉਹਨੂੰ ਆਨੰਦ ਆਇਆ, ਉਹਨੂੰ ਰਸਨਾ ਕਹਿੰਦੇ ਨੇ। ਜਦੋਂ ਚੱਬਦੇ ਆ ਨਾ ਗੁਰਬਾਣੀ ਨੂੰ, ਜ਼ੋਰ ਲਾ ਕੇ ਸਮਝਦੇ ਹਾਂ, ਚੱਬਣ ਚੱਲਣ ਰਤਨ ਸੇ, ਉਹ ਜਦੋਂ ਚੱਬਦੇ ਹਾਂ ਜ਼ੋਰ ਲਾ ਕੇ ਬੁੱਧੀ ਸਮਝ, ਜੋ ਉਹਦੇ ਵਿੱਚ ਉਹ ਸਮਝ ਆਉਂਦੀ ਹੈ ਨਾ ਉਹ ਰਸ ਬਣਦੀ ਹੈ, ਉਹਨੂੰ ਰਸਨਾ ਕਹਿੰਦੇ ਨੇ। ਜੀਵ ਜਵਾਨ ਇਹ ਅਸਥੂਲ ਸਰੀਰ ਦੀ ਹੁੰਦੀ ਹੈ। ਇਹਨਾਂ ਚੀਜ਼ਾਂ ਦਾ ਫਰਕ ਕਰਨਾ ਬਹੁਤ ਜ਼ਰੂਰੀ ਹੈ। ਇੱਦਾਂ ਹੀ ਕਰਨੇ ਬਾਣੀ 'ਚ ਕਿਹਾ, ਦੋਏ ਕਰ ਜੋੜ ਕਰੀ ਅਰਦਾਸ, ਦੋਏ ਕਰ ਜੋੜ ਕੇ ਅਰਦਾਸ ਕਰਨੀ ਹੈ। ਹੁਣ ਕਰ ਹੱਥਾਂ ਨੂੰ ਬਣਾ ਲਿਆ ਜੋ ਸਥੂਲ ਸਰੀਰ ਦੇ ਸੀ, ਹੁਣ ਕਿਸੇ ਵਿਅਕਤੀ ਦੇ ਹੱਥ ਹੁੰਦੇ ਹੀ ਨਹੀਂ, ਉਹ ਕਿਵੇਂ ਜੋੜ ਕੇ ਕਰੂਗਾ, ਸਵਾਲ ਖੜ੍ਹਾ ਹੋ ਗਿਆ ਨਾ। ਪਰ ਇੱਥੇ ਗੁਰਬਾਣੀ ਕਹਿੰਦੀ ਹੈ ਦੋਏ ਕਰ ਜੋੜ, ਕਰ ਉਸ ਸ਼ਕਤੀ ਨੂੰ ਕਹਿੰਦੇ ਨੇ ਜਿਹੜੀ ਹੱਥਾਂ ਦੇ ਵਿੱਚ ਕੰਮ ਕਰਦੀ ਹੈ। ਨਹੀਂ ਤਾਂ ਹੱਥ ਇੱਥੇ ਹੀ ਹੁੰਦੇ ਨੇ, ਜਦੋਂ ਉਹ ਸ਼ਕਤੀ ਛੱਡ ਗਈ ਨਾ ਸਰੀਰ ਨੂੰ, ਸਰੀਰ ਮਿੱਟੀ ਹੈ, ਫਿਰ ਕੰਮ ਨਹੀਂ ਕਰਦਾ। ਉਸ ਸ਼ਕਤੀ ਨੂੰ ਹੀ ਕਰ ਕਹਿੰਦੇ ਨੇ, ਉਹ ਹੈ ਮਨ ਅਤੇ ਚਿੱਤ, ਦੋਵਾਂ ਨੂੰ ਜੋੜ ਕੇ ਅਰਦਾਸ ਕਰਨੀ ਹੈ। ਚਿੱਤ ਅਤੇ ਮਨ ਦੋ ਇੱਕ ਕਰਕੇ ਜਦੋਂ ਇੱਕ ਹੋ ਜਾਂਦੇ ਨੇ। ਇੱਦਾਂ ਹੀ ਸੀਸ ਅਤੇ ਸਿਰ ਹੈ, ਇੱਦਾਂ ਹੀ ਕੰਨ ਅਤੇ ਕਰਨ ਨੇ। ਕੰਨਾਂ ਨਾਲ ਨਾਮ ਬਾਰੇ ਗਿਆਨ ਸੁਣਿਆ ਜਾ ਸਕਦਾ, ਨਾਮ ਨਹੀਂ ਸੁਣਿਆ ਜਾ ਸਕਦਾ ਕੰਨਾਂ ਨਾਲ, ਉਹ ਮਾਇਆ ਤੋਂ ਪਰੇ ਦੀ ਗੱਲ ਹੈ। ਇਹਨੂੰ ਪਰਾਵਾਣੀ ਕਹਿੰਦੇ ਨੇ ਨਾ, ਉਹ ਕੰਨਾਂ ਤੋਂ ਪਰੇ ਦੀ ਗੱਲ ਹੈ। ਪਰ ਕਰਨ ਸੁਣੈ ਹਰ ਨਾਮ, ਕਰਨਾਂ ਨਾਲ ਉਹ ਸੁਣਨਾ। ਕਰਨ ਅੰਦਰਲੇ ਸਰੀਰ ਦੇ ਹੁੰਦੇ ਨੇ, ਇਹ ਫਰਕ ਹੈ, ਇਹ ਫਰਕ ਸਮਝਣਾ ਪਊਗਾ। ਇਹਨੂੰ ਕਹਿੰਦੇ ਨੇ ਵਿੱਦਿਆ ਸੋਧਾ ਤੱਤ ਲਹਿ, ਜੋ ਵਿੱਦਿਆ ਸੋਧਾਂਗੇ ਨਾ ਉਦੋਂ ਸਮਝ ਆਉਂਦੀ ਹੈ, ਨਹੀਂ ਕੀ ਹੁੰਦਾ। ਇਹ ਕਹਿੰਦੇ ਨੇ ਵਿੱਦਿਆ ਵਿਨਾਸ਼ਕਾਰੀ ਹੈ, ਜਿਹੜੀ ਵਿੱਦਿਆ ਨਾ ਇਹ ਵਿਨਾਸ਼ਕਾਰੀ ਬਣ ਜਾਂਦੀ ਹੈ। ਵਿੱਦਿਆ ਵਿਨਾਸ਼ਕਾਰੀ ਵਿਚਾਰੀ ਤਾਂ ਪਰਉਪਕਾਰੀ, ਜਦੋਂ ਇਹਨੂੰ ਵਿਚਾਰ ਲੈਂਦੇ ਉਦੋਂ ਪਰਉਪਕਾਰੀ ਹੈ, ਇਹ ਨਹੀਂ ਉਲਟੇ ਰਾਹ ਪਾ ਦਿੰਦੀ ਹੈ। ਅੱਜ ਸਾਰੇ ਉਲਟੇ ਰਾਹ ਪਏ ਹੋਏ ਨੇ, ਅੱਜ ਗੁਰਸਿੱਖਾਂ ਨੂੰ ਇਸ ਪਾਸੇ ਜਾਣਾ ਚਾਹੀਦਾ, ਇਸ ਪਾਸੇ ਦੀ ਖੋਜ ਕਰਨੀ ਚਾਹੀਦੀ ਹੈ, ਤਾਂ ਕਿ ਇਹ ਚੀਜ਼ ਸਮਝ ਕੇ ਅਸੀਂ ਦੁਨੀਆ ਨੂੰ ਸਮਝਾ ਸਕੀਏ ਕਿ ਫਰਕ ਕਿੱਥੇ ਹੈ। ਦੁਨੀਆ ਅੱਜ ਕਹਿੰਦੀ ਹੈ ਵੀ ਜੇ ਕੁਛ ਨਿਕਲ ਕੇ ਆਊਗਾ ਤਾਂ ਸਿੱਖਾਂ 'ਚੋਂ ਨਿਕਲ ਕੇ ਆਊਗਾ, ਗੁਰਬਾਣੀ ਦੇ ਵਿੱਚੋਂ ਨਿਕਲ ਕੇ ਆਊਗਾ, ਕੋਈ ਸਿੱਖ ਸਮਝੂਗਾ ਤਾਂ ਉਹ ਦੁਨੀਆ ਨੂੰ ਭਾਈ ਸਮਝਾ ਦੂਗਾ, ਫਿਰ ਸਾਰੇ ਇੱਕ ਹੋ ਸਕਦੇ ਨੇ, ਪੂਰੇ ਸੰਸਾਰ ਦੇ ਵਿੱਚ ਸ਼ਾਂਤੀ ਹੋ ਸਕਦੀ ਹੈ। ਪਰ ਸਿੱਖ ਇਸ ਵਿਸ਼ੇ ਨੂੰ ਛੱਡੀ ਬੈਠੇ ਨੇ। ਅੱਜ ਗੁਰੂ ਦੇ ਲੜ ਲੱਗਣ ਦੀ ਜ਼ਰੂਰਤ ਹੈ, ਲੱਗਣਾ ਚਾਹੀਦਾ ਇਸ ਚੀਜ਼ ਨੂੰ ਸਮਝਣਾ। ਗੁਰੂ ਦੇ ਲੜ ਲੱਗਣਾ ਇਹੀ ਹੈ ਵੀ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਉਹਦੇ ਅਕੋਰਡਿੰਗ ਚੱਲਣਾ, ਸਾਡੇ ਪ੍ਰੈਕਟੀਕਲ ਜੀਵਨ ਦਾ ਸੰਸਾਰ 'ਤੇ ਅਸਰ ਪਊਗਾ, ਅਤੇ ਨਹੀਂ ਤਾਂ ਫਿਰ ਜੋ ਕੁਛ ਹੋ ਰਿਹਾ ਸਾਹਮਣੇ ਹੀ ਹੈ। ਗੁਰਬਾਣੀ ਜਦੋਂ ਤੱਕ ਅਸੀਂ ਇਹ ਦੋਵਾਂ 'ਚ ਫਰਕ ਨਹੀਂ ਸਮਝ ਲੈਂਦੇ, ਸੂਖਮ 'ਚ ਅਤੇ ਅਸਥੂਲ 'ਚ ਕੀ ਫਰਕ ਹੈ, ਨੇਤਰਾਂ 'ਚ ਕੀ ਫਰਕ ਹੈ, ਅੱਖਾਂ 'ਚ ਕੀ ਫਰਕ ਹੈ, ਚਰਨਾਂ 'ਚ ਕੀ ਫਰਕ ਹੈ, ਪੈਰਾਂ 'ਚ ਕੀ ਫਰਕ ਹੈ, ਉਦੋਂ ਤੱਕ ਸਮਝ ਨਹੀਂ ਆਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।